हाँ जी, हाँ जी, ठीक है।
ਪ੍ਰਭ ਜੀ ਆ ਗਿਆ ਆਤਮ ਪ੍ਰਗਟਾਵੇ ਜੀਵਨ ਮੁਕਤ ਤੂੰ ਕਹਾਵੇ ਤੈਸਾ ਹਰਖ ਤੈਸਾ ਪੁੱਤ ਤੂਗ ਸਦਾ ਆਨੰਦ ਤੈਨ ਨਹੀਂ ਦੇਗ ਤੈਸਾ ਸਵਰ ਤੈਸੀ ਸਮਾਧੀ ਤੈਸਾ ਅਮਰਤ ਤੈਸੀ ਵਿੱਚ ਪ੍ਰਾਪਤੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਕ ਤੈਸਾ ਰਾਜਾਨ ਜੋ ਵਰਤਾਏ ਹਵਾਏ ਸੁਖਤ ਆਪ ਹੋਏ ਅੰਤ ਤਰੰਗ ਲੱਗੇ ਨਾ ਜਾਏ ਪਾਰ ਬ੍ਰਹਮ ਦੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ ਸਦਾ 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 ਦਇਆਲ ਸਿਮਰ ਸਿਮਰ ਨਾਨਕ ਭਇ ਨਿਹਾਲ ਸਲੋਕ ਉਸਤਤ ਕਰਹਿ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵੇਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥ ਵਾਸੀ ਕਈ ਕੋਟ ਮਨ ਭ੍ਰਮ ਹੈ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਪੀਤਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਮ ਕਾਮ ਵਿਚਾਰ ਹੈ ਕਈ ਕੋਟ ਨਵਤਨ ਨਾਮ ਧਿਆਵੇ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਪਰ ਪੂਤਨਾ ਕਰੈ ਕਈ ਕੋਟ ਮਾਇਆ ਸ਼ਰਮ ਪਾਏ ਕਈ ਕੋਟ ਪਰਦੇਸ ਪਰਮਾਏ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਦੇ ਹੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਗੀ ਜੋਤੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਛੀ ਤਰਕ ਉਪਾਏ ਕਈ ਕੋਟ ਪਾਤਰ ਹਿਤ ਲਿਖ ਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਭਿਅਰ ਸੂਰ ਨਖੇਤਰ ਕਈ ਕੋਟ ਦੇਵਤਾ ਨੂੰ ਸਿਰ ਸ਼ਤਰ ਸਗਲ ਸਮੱਗਰੀ ਆਪਣੇ ਸੂਰ ਧਾਰੈ ਕਈ ਕੋਟ ਰਾਜਕਾਮਕ ਕਈ ਕੋਟ ਦੇਵ ਪ੍ਰਾਣ ਸਿਮਰਤ ਅਵਤਾਰ ਕਈ ਕੋਟ ਰਤਨ ਕਈ ਕੋਟ ਨਾਨਾ ਪ੍ਰਕਾਰ ਜਨ ਕਈ ਕੋਟੇ ਕਈ ਕੋਟ ਸਵਰਣੇ ਕਈ ਕੋਟ ਜਗਰ ਪ੍ਰਤਾਪ ਕਈ ਕੋਟ ਭੂਤ ਪ੍ਰੇਮ ਸੂਤਰ ਮਿਰਗਾਜ ਸਭ ਤੇ ਨੇਰੈ ਸਭ ਹੋਤੇ ਦੂਰ ਨਾਨਕ ਆਪ ਨਿਪੁੰਦ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਤਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠ ਹੀ ਖਾਏ ਕਈ ਕੋਟ ਘਲ ਹੈ ਥੱਕ ਪਾਏ ਕਈ ਕੋਟ ਪ੍ਰੀਏ ਤਰਵੰਤ ਕਈ ਕੋਟ ਮਾਇਆ ਮਹਿ ਜੂਤ ਜਹ ਜਹ ਪਾਣਾ ਤਹਿਤ ਰਾਖੀ ਨਾਨਕ ਸਭ ਕਿਛ ਪ੍ਰਭ ਕਹਿ ਆਪੀ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਮਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮੰਗ ਹੈ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪਰਪਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਪਾਣੀ ਅਰਖੰਡ ਕਈ ਕੋਟ ਅਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀ ਲੋ ਵਿਸਥਾਰ ਕਈ ਵਾਰ ਪਤਰਿਓ ਪਾਤਾਲ ਸਦਾ ਸਦਾ ਇੱਕ ਏਕ ਅੰਕਾਰ ਕਈ ਕੋਟ ਕੀਤੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹੇ ਸੁਮਾਤ ਕਾਕਾ ਅੰਤ ਨਾ ਜਾਣੈ ਕੋਏ ਕਈ ਕੋਟ ਪਾਰ ਬ੍ਰਹਮ ਕੇ ਤਾਜ ਜਿਨ ਹੋਵਤ ਆਹੀ
ਚਾਰਜਿੰਗ ਲੱਗਿਆ ਰਹੇ ਲੈ ਕੇ ਹਾਂਜੀ ਥੋੜ੍ਹਾ ਕਰ
Thank you.
ਲੇਡੀਜ਼ ਪਿੱਛੇ ਹੋ ਜਾਣਾ ਨਹੀਂ ਪਿੱਛੇ ਹੋ ਜਾ ਤੁਸੀਂ ਪਿੱਛੇ ਹੋ ਜਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਿ ਸ਼੍ਰੀ ਅਕਾਲ।
Thank you.
ਕਿ ਮੈਂ ਬਾਹਰ ਤੂੰ ਕਿੱਥੇ ਆ ਬਾਹਰ ਪਾਣੀ ਬਾਹਰ
ਬਸ ਹੋ ਗਿਆ ਸਿੰਪਲ ਇੱਕ ਅੱਧਾ ਹੋਰ ਬਲ ਪਾ ਸਿੰਘ ਸਾਹਿਬ ਵਾਲੀ ਆਪਣੀ ਪਾਲ ਡਾਕਟਰ ਪਾਲਾ ਪਾ ਕੇ ਫਿਰ ਹੋਰ ਕੋਈ ਚਾਦਰ ਜਿਹੜੀ ਹੈ ਪਾ ਲਓ ਫਟਾਫਟ ਸਤ
I
ਵਾਹਿਗੁਰੂ ਜੀ ਕਾ ਖਾਲਸਾ।
लवली आ जाओ कोई गल नहीं दे रहे बागरू चलो चलो रखो इधर जी इधर आओ मतलब टेकने ले आ जाओ ले ले आ ले रे थले आज थोड़ा थोड़ा पीछे हो जाओ अभी जगह बन जाएगा नहीं अभी नहीं दर्शन कर हाँ जी पहले घी डालो महाराज पहले सामग्री भी ऊपर डालते रहे ताकि ठीक बहे ना ये
ਲਈ ਅੰਕਲ ਦੋ ਪੀਸ ਬੰਦੇ ਨਾ ਕਮਲ ਜੀ ਭਈਆ ਕਰਾਓ ਚਨਾਈ ਜ਼ਰੂਰ ਚਲੋ ਇੱਧਰੋਂ ਆਜੋ ਡਾਕਟਰ ਸਾਹਿਬ ਇਧਰ ਇੱਕ ਮੋਟੀ ਲੱਕੜ ਹੋਤੀ ਦੇ ਦੋ ਮੋਟੀ ਲਾ ਦੋ ਆ ਲਓ ਇੱਧਰ ਪਈ ਨਹੀਂ ਮਗਰ ਫਿਰ ਤਾਂ ਮੋਟੀ ਲੱਕੜ ਵਿੱਚ ਹੋਏਗੀ ਇੱਧਰ ਹਾਂ ਹਾਂ ਇੱਧਰ ਹੈ ਥੋੜੇ ਜਿਹੇ ਆ ਗਈ ਆ ਗਈ ਸਾਰੀ ਆ ਗਈ ਬਾਬਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਜਾਣੀਆਂ ਬੁੱਟਿਆਂ ਹੱਟੀਆਂ ਦੱਬੀਆਂ ਦੱਬੀਆਂ ਜਿਨ੍ਹਾਂ ਰਾਮ ਦੱਬਿਆ ਵੱਟ ਛੱਪਿਆ ਦੇ ਕਮਾਈ ਅਤੇ ਕਮਾਈ ਦੇ ਪ੍ਰਜਿਤ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀ ਬਤਾਏ ਟੋਕਰੀਆਂ ਲਵਾਈਆਂ ਟੱਪੜੀਆਂ ਚੜਿਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਦੇ ਹਾਰਿਆ ਸਿੱਖੀ ਦੇ ਸਾਂਸਵਾਸਾਂ ਵੱਲ ਲਗਾਏ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਬੋਲੋ ਜੀ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ
ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਅਵੇਖ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੁੰਕੀਆਂ ਝੰਡੇ ਹੋਵੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੀ ਮਾਣ ਸਤਿਗੁਰੂ ਜੀ ਨਿਤਾਣਿਆਂ ਦੇ ਤਾਂਡ ਨਿਓਟਿਆਂ ਦੀ ਯੋਗ ਦੇ ਆਸਰਿਆਂ ਦੇ ਆਸਰਾ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਓ ਰਾਜਾਮ ਰਾਜ ਪਾਣਾ ਪਾਣ ਦੇਵਾਨ ਦੇਵਤਾ ਮਹਾਨ ਐਸੇ ਦੀਨ ਦਿਆਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਦੀਆਂ ਦੇ ਪਾਵਨ ਚਰਨ ਕਮਲਾਂ ਪਾਸ ਆਪ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਹੈ ਹਜ਼ੂਰ ਹਾਜ਼ਰ ਅਰਦਾਸ ਦੁੱਖ ਸੁੱਖ ਸਾਜ ਕਰਦੇ ਪ੍ਰਕਾਸ ਦੇ ਮਹਾਂਵਾਕ ਅਨੁਸਾਰ ਸਮੁੱਚੀ ਸੰਗਤ ਦੀ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਗੁਰਬਾਣੀ ਦੇ ਮਹਾਂਵਾਕ ਹਨ ਜੀ ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੋਂਗ ਫਕੀਰ ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ ਆਈ ਆ ਗਿਆ ਫਿਰ ਬੁਲਾਇਆ ਨਾ ਧਨ ਪੁੱਛੀ ਨਾ ਮਤਾ ਪਕਾਇਆ ਊਟ ਸਿਧਾਇਓ ਛੂਟਣ ਮਾਟੀ ਦੇਖ ਨਾਨਕ ਨਿਥਨ ਮੁਹਾਸਾ ਹੈ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਤੋਂ ਵਰਸਾਈ ਹੋਈ ਦੀ ਵਾਹਮਾ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਜਿਤਨੀ ਆਤਮਾ ਦੀ ਸਮਰਸੀ ਸਤਿਗੁਰੂ ਜੀਓ ਪੂੰਜੀ ਨੂੰ ਲੈ ਕਰਕੇ ਸਮਾਧ ਰੋਗ 'ਤੇ ਆਏ ਸਨ ਸਵਾਸਾਂ ਦੀ ਪੂੰਜੀ ਨੂੰ ਭੋਗ ਕਰਕੇ ਖਰਚ ਕਰਕੇ ਆਪ ਜੀ ਦੇ ਸੱਦੇ 'ਤੇ ਪਰਿਵਾਰ ਨੂੰ ਸਾਕਾਂ ਸੰਬੰਧੀਆਂ ਨੂੰ ਸਦੀਵੀ ਕਾਲ ਵਾਸਤੇ ਵਿਛੋੜਾ ਦੇ ਕੇ ਆਪ ਜੀ ਦੇ ਪਾਵਨ ਚਰਨਾਂ ਵਿੱਚ ਜਾਗ ਰਾਜੇ ਨੇ ਸਤਿਗੁਰੂ ਜੀਓ ਵਿਛੜੀ ਹੋਈ ਆਤਮਾ ਦੇ ਪੰਜ ਭੂਤਕ ਸਰੀਰ ਦਾ ਅੰਤਿਮ ਸੰਸਕਾਰ ਕਰਨ ਵਾਸਤੇ ਪਾਤਸ਼ਾਹ ਜੀਓ ਚੰਡਾ ਪ੍ਰਚੰਡ ਕਰਨ ਵਾਸਤੇ ਸਤਿਗੁਰੂ ਸਮੁੱਚੀਆਂ ਸੰਗਤਾਂ ਹਾਜ਼ਰ ਹੋਈਆਂ ਨੇ ਸਤਿਗੁਰੂ ਜੀ ਪੰਜ ਭੂਤਕ ਸਰੀਰ ਨੂੰ ਚੰਡੇ ਵਿੱਚ ਸਤਿਗੁਰੂ ਜੀ ਚਿਣਿਆ ਗਿਆ ਹੈ ਆਪ ਦੀ ਆਗਿਆ ਬਖਸ਼ੋ ਪਰਿਵਾਰ ਅੰਦਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਏਕਤਾ ਇਕੱਤਰਤਾ ਰਲ ਮਿਲ ਕਰਕੇ ਬੈਠਣ ਦੀ ਸਮਰੱਥਾ ਬਖਸ਼ਿਸ਼ ਕਰਨੀ ਵਿਛੜੀ ਆਤਮਾ ਨੂੰ ਸਦੀਵ ਕਾਲ ਵਾਸਤੇ ਆਪ ਜੀ ਦੇ ਪਾਵਨ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਪਰਿਵਾਰ ਨੂੰ ਸਾਕਾਂ ਸੰਬੰਧੀਆਂ ਨੂੰ ਭਾਣਾ ਮੰਨਣ ਦੇ ਸਦਮਾ ਸਹਿਣ ਦੇ ਬਲ ਬਖਸ਼ਿਸ਼ ਕਰਨੇ ਪਾਤਸ਼ਾਹ ਜੀ ਕਿਰਪਾ ਕਰੋ ਜੀ ਚੰਡਾ ਪ੍ਰਚੰਡ ਕਰਨ ਦੀ ਆਗਿਆ ਬਖਸ਼ੋ ਇਹਨਾਂ ਸੱਚਾ ਅਤੇ ਸਤਿਗੁਰੂ ਸਮੁੱਚੀਆਂ ਸੰਗਤਾਂ ਵੱਲੋਂ ਰਲ ਮਿਲ ਕਰਕੇ ਸ੍ਰੀ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਗਏ ਪਾਠ ਕਰਦਿਆਂ ਹੋਈਆਂ ਫੁੱਲਾਂ ਦੀ ਮਾਫੀ ਬਖਸ਼ਿਸ਼ ਕਰਨੀ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਹੀ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲਦਿਆਂ ਆਪ ਜੀ ਦਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਲਿਆ ਸਭ ਨੂੰ ਮੱਥਾ ਲਿਆਓ ਵਾਹ ਪਿੱਛੇ ਪਿੱਛੇ ਹੋ ਜਾਓ ਸਾਰਾ ਹੀ ਰਸਤਾ ਜਗ੍ਹਾ ਛੱਡੋ ਘੁੰਮਣਾ ਨਾ ਇਹਨੂੰ ਹੱਥ ਤੋਂ ਬਚਾ ਕੇ ਹੱਥ ਬਚਾ ਕੇ ਕੱਲ ਛੱਡ ਦੋ ਛੱਡ ਦੋ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਧਰ ਆ ਜਾ ਥੱਲੇ ਇੱਥੇ ਪਾ ਬਸ ਠੀਕ ਹੈ ਬਸ ਠੀਕ ਹੈ ਬਸ ਠੀਕ ਕਰ ਲੈਣਗੇ ਉਪਰੰਤ ਆਉਣਗੇ
ਚਲੋ ਅੱਛਾ ਥੋੜ੍ਹਾ ਹਵਾ ਵੀ ਆਉਣ ਦੇ ਮੇਰੇ ਵੀਰ ਸਾਰੇ ਥੋੜ੍ਹੇ ਥੋੜ੍ਹਾ ਖਿਆਲ ਦੇ ਹੈਲੋ ਹੈਲੋ ਕੋਈ ਗੱਲ ਦਿਖਾ ਦਾਂਗੇ ਸਰ ਦਿਖਾ ਦਿਖਾ ਦਾਂਗੇ ਜੀ ਮੈਂ ਤਾਂ ਵੈਸੇ ਫੋਨ ਕੀਤਾ ਮੈਂ ਤੁਹਾਨੂੰ ਚਾਰ ਹੋ ਗਿਆ ਚੱਲੇ ਆ ਮੈਂ ਤੁਹਾਨੂੰ ਕੋਈ ਗੱਲ ਬਬਲੂ ਉਹ ਮਹਿਤਾ ਸਾਹਿਬ ਜੀ ਲੈ ਲਓ ਇੱਕ ਵਾਰੀ ਬਾਬਾ ਜੀ ਤੁਸੀਂ ਕੰਮ ਕਰੋ ਜਗ੍ਹਾ ਜਗ੍ਹਾ ਕਰ ਦਿੰਦਾ ਡੇਢ ਕਰ ਦਿੰਦਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਐਤਵਾਰ 20 ਤਰੀਕ ਨੂੰ ਇੰਟਰਨੈਸ਼ਨਲ ਸਕੂਲ ਵਿਖੇ ਡੀ ਬਲਾਕ ਵਿਖੇ 12 to 2 ਤੱਕ ਅੰਤਮ ਅਰਦਾਸ ਹੋਵੇਗੀ। ਆਪ ਸਭ ਨੂੰ ਉੱਥੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ਪਰਿਵਾਰ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਬਾਰਾ ਫਿਰ ਬੇਨਤੀ ਹੈ ਕਿ 20 ਤਰੀਕ ਦਿਨ ਐਤਵਾਰ ਨੂੰ ਇੰਟਰਨੈਸ਼ਨਲ ਡੀ ਬਲਾਕ ਰਣਜੀਤ ਐਵੀਨਿਊ ਵਿਖੇ ਅੰਤਮ ਅਰਦਾਸ 12 to 2 ਤੱਕ ਹੋਵੇਗੀ। ਤੋ ਆਪ ਸਭ ਨੂੰ ਉੱਥੇ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਾਧ ਸੰਗਤ ਜੀ ਦੁਬਾਰਾ ਫਿਰ ਬੇਨਤੀ ਹੈ ਕਿ ਭਾਈ ਸਾਹਿਬ ਜੀ ਦੇ ਅੰਤਮ ਅਰਦਾਸ ਅਤੇ ਭੋਗ ਰਣਜੀਤ ਐਵੀਨਿਊ ਡੀ ਬਲਾਕ ਇੰਟਰਨੈਸ਼ਨਲ ਸਕੂਲ ਵਿਖੇ 20 ਤਰੀਕ ਐਤਵਾਰ ਨੂੰ 12 to 2 ਪੈਣਗੇ। ਤੋਂ ਆਪ ਸਭ ਸੰਗਤਾਂ ਨੂੰ ਪਰਿਵਾਰ ਵੱਲੋਂ ਨਿਰਮਤਾ ਸਾਹਿਬ ਬੇਨਤੀ ਹੈ ਕਿ 12 to 2 ਸਰਦਾਰ ਨਿਰਮਲ ਸਿੰਘ ਜੀ ਪ੍ਰਧਾਨ ਚੀਫ ਖਾਲਸਾ ਦੀਵਾਨ ਦੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਾਧ ਸੰਗਤ ਜੀ ਆਪ ਸਭ ਨੂੰ ਪਰਿਵਾਰ ਵੱਲੋਂ ਬੇਨਤੀ ਹੈ ਕਿ 20 ਤਰੀਕ ਦਿਨ ਐਤਵਾਰ ਇੰਟਰਨੈਸ਼ਨਲ ਸਕੂਲ ਡੀ ਬਲਾਕ ਰਣਜੀਤ ਐਵੀਨਿਊ ਵਿਖੇ ਸਰਦਾਰ ਨਿਰਮਲ ਸਿੰਘ ਜੀ ਪ੍ਰਧਾਨ ਚੀਫ ਖਾਲਸਾ ਦੀਵਾਨ ਦੀ ਅੰਤਮ ਅਰਦਾਸ ਭੋਗ ਦੀ ਉੱਥੇ ਹੋਵੇਗੀ। ਤੋਂ ਆਪ ਸਭ ਸੰਗਤਾਂ 12 to 2 ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਪ ਸਭ ਨੂੰ ਇੱਥੇ ਆਉਣ 'ਤੇ ਵੀ ਤੁਹਾਡਾ ਪਰਿਵਾਰ ਵੱਲੋਂ ਧੰਨਵਾਦ ਹੈ ਜੀ। ਉਹ ਆਇਆਂ ਬਹੁਤ ਬਹੁਤ ਤੁਹਾਡਾ ਧੰਨਵਾਦ ਜੋ ਸਾਡੇ ਦੁੱਖ ਵਿੱਚ ਸ਼ਰੀਕ ਹੋਏ ਹੋ। 12 to 2 ਤੱਕ ਰਣਜੀਤ ਐਵੀਨਿਊ ਡੀ ਬਲਾਕ ਇੰਟਰਨੈਸ਼ਨਲ ਸਕੂਲ ਵਿਖੇ ਅੰਤਮ ਅਰਦਾਸ 12 to 2 ਹੋਵੇਗੀ। ਤੋਂ ਆਪ ਸਭ ਨੇ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿ ਕਰਾਂਗੇ ਆਪਾਂ ਜੀ ਬੈਠ ਕੇ ਮੈਂ ਕਰਦਾ ਤੁਹਾਨੂੰ।
Gracias.